Aaj mere aaj mere
I'm
ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ تب سہج رچیو خالصا ثابت ملنا تن تن شری گرو گوبند سنگھ جی مہاراج ہم ایک جگت موائے دھرم ہے گردیو پٹھا دھن شریف Govind Singhji Govind Govind Karna Har Har Man Pyar Govind Govind Karna Har Har پیار Yeah.
Thank you.
ਸਿਆਨੂੰ ਬਖਸ਼ਿਆ ਸੀ ਇਹਨੂੰ ਕੀ ਕਿਰਪਾ ਕੇ ਸਦੇ ਮੰਗਿਆ ਪਰ ਮੈਂ ਨਾ ਵੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਇਹੀ ਸ਼ਬਦ ਖਾਲਸੇ ਦੇ ਵੀ ਭੁੱਲਦਾ ਆ ਕਿ ਮਹਾਰਾਜ ਨੇ ਕਿਰਪਾ ਕੀਤੀ ਮੇਰੀ ਕਿਰਪਾ ਨਾਲ ਅਸੀਂ ਸਜੇ ਬੈਠੇ ਹਾਂ ਸਾਡੇ ਸਿਰਾਂ ਦੇ ਦਮਾਲੇ ਆ ਇੱਕ ਰਾਜਿਆਂ ਵਾਲੀ ਸਾਡੀ ਪੁਸ਼ਾਕ ਸਾਡੀ ਰਾਜਿਆਂ ਵਾਲੀ ਦਸਤਾਰਾਂ ਸਾਡੀਆਂ ਸੁੱਖ ਰਾਜਿਆਂ ਦੇ ਤਾਜ ਵਰਗੀਆਂ ਸੋ ਆਓ ਸਾਰੇ ਮਹਾਰਾਜ ਦੇ ਪਿਆਰ ਚ ਭਲੇ ਹੋਏ ਸਾਡੇ ਹਮ ਸਾਡੇ ਹਮ ਸਾਡੇ ਹਮ
Yeah.
صرف 5 منٹ کی حاضری ہو رہے ہیں بیٹھ لیا صرف 5 منٹ واسطے سارے کاغذ کا بنا کے رکھو کیونکہ یہ سب دو رواس نو حکم ہویا سی جڑے پہلے سماگم ہوئے نے تے انہاں دے وچ جو اتہاس کویتاواں بولیاں گئیاں نے وہ وڈے صاحبزادیاں دے سماگم وچ بولیاں گئیاں نے سو ایک کویتا دا حکم ہویا سی پہلا ہی سماں کافی ہو گیا چھوٹے صاحبزادیاں دی جڑی کوڑی اسی اکثر گاؤندے ہاں جدو ماتا گجر کور جی صاحبزادیاں نوں تورن لگے نے ٹھنڈے برج دے وچوں تے پتا ہے کہ آج مڑ کے نہیں آنا سو ایک چھوٹی جہی کویتا دی حاضری ہے تے اس تو بعد سماپتی ہے بےنتی ہے سارے اسی طرح ایک اگرتا بنا کے اسی سارے اس سمے کی یاد کریے ਅਗੇ ਸਾਡੀ ਸਾਰਿਆਂ ਦੀ ਹਾਜ਼ਰੀ ਜਿਹੜੀ ਸਾਹਿਬਜ਼ਾਦਿਆਂ ਦੇ ਚੱਕਰ ਦੇ ਵਿੱਚ ਲੱਗ ਸਕੇ ਸਾਡਾ ਜਿਹੜਾ ਇਤਿਹਾਸ ਬੜਾ ਵਿਲੱਖਣ ਇਤਿਹਾਸ ਹੈ 7 ਤੇ 9 ਸਾਲ ਦੀ ਉਮਰ ਕੁਛ ਵੀ ਨਹੀਂ ਹੁੰਦੀ ਜਦੋਂ ਅਸੀਂ ਆਪਣੇ ਬੱਚਿਆਂ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਉਮਰ ਦੇ ਵਿੱਚ ਕਿੰਨਾ ਮੋਹ ਹੁੰਦਾ ਹੈ ਬੱਚਿਆਂ ਦੇ ਨਾਲ ਇਹ ਉਮਰ ਕੁਛ ਵੀ ਨਹੀਂ ਤੇ ਸਾਡੇ ਇਤਿਹਾਸ ਦੇ ਵਿੱਚ ਜੇ ਵੱਡੇ ਸਾਹਿਬਜ਼ਾਦੇ ਨੇ ਸ਼ਹੀਦੀ ਪਾਈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਆਪ ਆਗਿਆ ਦਿੱਤੀ ਚੜ੍ਹਦੀ ਕਲਾ ਦੇ ਵਿੱਚ ਤੇ ਜਦੋਂ ਛੋਟੇ ਸਾਹਿਬਜ਼ਾਦੇ ਚੱਲੇ ਨਾ ਤੇ ਮਾਤਾ ਗੁਜਰ ਕੌਰ ਜੀ ਨੂੰ ਸਦਾ ਸੀ ਕਿ ਅੱਜ ਸ਼ਹੀਦੀਆਂ ਹੋ ਜਾਣੀ ਤੇ ਉਹਨਾਂ ਨੇ ਆਪ ਹੱਥੀਂ ਸਜਾਇਆ ਸਾਹਿਬਜ਼ਾਦਿਆਂ ਨੂੰ ਹੱਥੀਂ ਕਲਗੀਆਂ ਲਾਈਆਂ ਆਪ ਤਿਆਰ ਕੀਤਾ ਕਿ ਮੌਤ ਰਾਣੀ ਨੂੰ ਵਿਆਹੁਣ ਚੱਲੇ ਸੋ ਸਾਰੇ ਹਾਜ਼ਰੀ ਲਵਾਇਓ ਜਿੰਨਾ ਸਮੇਂ ਲੰਘਾ ਸਾਰੇ ਨਾਲ ਲਗਾਇਓ ਸਾਰੇ ਹਾਜ਼ਰੀ ਲਵਾਈਏ ਅਸੀਂ ਠੰਡੇ ਬੁਰਜ ਚ ਬੈਠੇ ਮਾਤਾ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਸ਼ਗਨ ਕਰੇ
Thank you.
ਸਾਹਿਬ